ਕੈਂਸਰ ਦੀ ਬਿਮਾਰੀ ਦਾ ਪੱਕਾ ਇਲਾਜ। ਨਾਮੁਰਾਦ ਬਿਮਾਰੀ ਕੈਂਸਰ ਜਿਸ ਦਾ ਨਾਮ ਲੈਂਦੇ ਹੀ ਦਿਲ ਵਿੱਚ ਡਰ ਜਿਹਾ ਲੱਗ ਜਾਂਦਾ ਹੈ, ਜਿਸ ਦਾ ਇਲਾਜ ਰੋਪੜ ਜ਼ਿਲ੍ਹੇ ਦੇ ਪਿੰਡ ਕੰਧੋਲਾ ਨੇੜੇ ਸ਼੍ਰੀ ਚਮਕੌਰ ਸਾਹਿਬ ਵਿਖੇ ਭਾਈ ਸੁਖਵੀਰ ਸਿੰਘ ਵੱਲੋਂ ਇੱਕ ਦੇਸੀ ਦਵਾਖਾਨਾ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਅੱਜ ਤੱਕ ਬਹੁਤ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ। ਆਓ ਲੈ ਚੱਲਦੇ ਹਾਂ ਪਿੰਡ ਕੰਧੋਲਾ ਵਿਖੇ। ਮੇਰਾ ਇੱਥੇ ਕੈਂਸਰ ਸੀ, ਇੱਥੇ ਮੈਂ ਦਵਾਈ ਲੈਂਦਾ ਚੰਡੋਲੇ ਪਿੰਡ ਤੋਂ। ਮੈਂ ਠੀਕ ਠਾਕ ਆ, ਗੁਰਦੁਆਰੇ ਸਾਹਿਬ ਤੋਂ ਦਵਾਈ ਮਿਲਦੀ ਹੈ। ਹੋਰ ਵੀ ਕੋਈ ਭਾਈ ਨੇ ਜਿਹਨੇ ਦਵਾਈ ਲੈਣੀ ਹੈ ਤਾਂ ਉੱਥੇ ਜਾਓ, ਦਵਾਈ ਲਓ, ਰਾਜ਼ੀ ਹੋ ਕੇ ਆਓ। ਕੈਂਸਰ ਕਿੱਥੇ ਦਾ ਮੇਰੇ? ਕੈਂਸਰ ਮੇਰਾ ਆਹ ਕੈਂਸਰ ਸੀ ਬਹੁਤ ਬੜਾ, ਇਹ ਹੈਗਾ ਕਿ 100% ਤੋਂ ਵੀ ਉੱਤੇ, ਜਿਹੜਾ ਮੈਂ ਇਹ ਦਵਾਈ ਨਾਲ ਠੀਕ ਹੋਇਆ। ਮੇਰੇ 3 ਆਪਰੇਸ਼ਨ ਹੋ ਗਏ, ਮੈਂ ਠੀਕ ਨਹੀਂ ਹੋਇਆ। ਇੱਥੋਂ ਠੀਕ ਹਾਂ ਮੈਂ ਬਠਿੰਡੇ ਦਵਾਈ ਲੈਂਦਾ ਸੀ, ਠੀਕ ਨਹੀਂ। ਇੱਥੇ ਸਤਿਗੁਰੂ ਨੇ ਮੇਰੀ ਮਿਹਰ ਕਰਤੀ, ਮੈਂ ਠੀਕ ਹਾਂ। ਮਾਂ ਜੀ, ਤੁਸੀਂ ਅੱਜ ਇੱਥੇ ਕੰਧੋਲੇ ਆਏ ਹੋਏ ਹੋ? ਹਾਂਜੀ ਹਾਂਜੀ। ਜਿੱਥੇ ਦੇਸੀ ਦਵਾਈ ਹਾਂਜੀ ਹਾਂਜੀ ਦਿੱਤੀ ਜਾ ਰਹੀ ਆ ਹਾਂਜੀ। ਤੁਸੀਂ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਹੋ? 2.5 ਮਹੀਨੇ ਹੋ ਚੁੱਕੇ ਨੇ। 2.5 ਮਹੀਨੇ ਹੋ ਗਏ? ਹੋ ਚੁੱਕੇ ਨੇ। ਤੁਹਾਨੂੰ ਪ੍ਰੋਬਲਮ ਕਿਹਾ ਸੀ? ਮੈਨੂੰ ਡਾਕਟਰਾਂ ਨੇ ਕਿਹਾ ਸੀ ਕੈਂਸਰ ਆ ਤੇ ਢੱਡ ਵਿੱਚ। ਅੱਛਾ, ਪੇਟ ਦੇ ਵਿੱਚ ਤੁਹਾਨੂੰ ਕੈਂਸਰ ਸੀ? ਪੈਪ ਦੇ ਮੂਰੇ। ਪੈਪ ਦੇ ਮੂਰੇ ਹਾਂਜੀ। ਤੇ ਤੁਸੀਂ ਜਦੋਂ ਇੱਥੇ ਕੰਧੋਲੇ ਤੋਂ ਆ ਰਹੇ ਹੋ, ਤੁਸੀਂ ਦਵਾਈ ਖਾਧੀ ਇੱਥੇ ਕੰਧੋਲੇ ਤੋਂ? ਦਵਾਈ ਖਾਣੀ ਆ, ਮੈਨੂੰ ਕੋਈ ਪ੍ਰੋਬਲਮ ਨਹੀਂ, ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈਗੀ, ਨਾ ਕੋਈ ਦਰਦ ਨਾ ਸਰ। ਉਹ ਦਵਾਈ ਖਾਣ ਦੇ ਨਾਲ ਤੁਹਾਨੂੰ ਤੁਹਾਡਾ ਕੈਂਸਰ ਆ ਜਿਹੜਾ ਉਹ ਠੀਕ ਹੋਇਆ? ਠੀਕ ਹੋਇਆ ਹੀ ਆ, ਤਾਂ ਹੀ ਤੰਦਰੁਸਤ ਕਰਨੀਆਂ ਭੱਜੀ ਘੋੜੇ ਵਾਂਗੂ। ਠੀਕ ਹੈ। ਕਿੰਨਾ ਕਿੰਨਾ ਟਾਈਮ ਤੁਸੀਂ ਦਵਾਈ ਖਾਧੀ ਇੱਥੇ? 2.5 ਮਹੀਨੇ ਹੋਏ। 2.5 ਮਹੀਨੇ ਹਾਂ। ਆਪਰੇਸ਼ਨ ਹੋਣ ਤੋਂ ਮੈਂ 11 ਦਿਨ ਬਾਅਦ ਇੱਥੇ ਆ ਗਈ ਸੀ, ਮੈਨੂੰ ਦੱਸਿਆ ਜਾਂਦਾ ਸੀ। ਯਾਨੀ ਤੁਹਾਡਾ ਆਪਰੇਸ਼ਨ ਹੋਣ ਤੋਂ 11 ਦਿਨ ਮਗਰੋਂ ਤੁਸੀਂ ਇੱਥੇ ਆ ਗਏ? 11 ਦਿਨ ਤੇ ਮਗਰੋਂ 2.5 ਮਹੀਨੇ ਤੁਸੀਂ ਲਗਾਤਾਰ ਦਵਾਈ ਖਾਧੀ? ਖਾ ਚੁੱਕੀ ਹਾਂ। ਦਵਾਈ ਖਾਣ ਤੋਂ ਨਾਲੀਆਂ ਲੱਗੀਆਂ ਹੋਈਆਂ ਸੀਗੇ ਤੁਹਾਨੂੰ? ਇੱਥੇ ਪੈਕ ਆ ਦੇਖੋ, ਹਾਂ ਮੇਰਾ ਫੇਰੀ ਆ। ਅੱਛਾ, ਸਾਰਾ ਆਪਰੇਸ਼ਨ ਹੋ ਕੇ ਨਾਲੀਆਂ ਲੱਗੀਆਂ ਹੋਈਆਂ ਸੀ? ਹਾਂ, ਇੱਥੇ ਪੈਕਾਂ ਲੱਗੀਆਂ ਹੋਈਆਂ ਸੀ। ਅੱਛਾ, ਪੈਪਾਂ ਲੱਗੀਆਂ ਹੋਈਆਂ ਸੀ? ਪੈਪਾਂ ਲੱਗੀਆਂ ਹੋਈਆਂ ਸੀ। ਇਹ ਸਭ ਨਿਕਲ ਗਈਆਂ ਆਪੇ? ਆਪੇ ਟੰਕੇ ਟੁੱਟ ਗਏ ਤੇ ਇਹ ਸਾਰਾ ਕੁਝ ਠੀਕ ਹੈ। ਤੁਸੀਂ ਕਿਹੜੇ ਪਿੰਡ ਤੋਂ ਆ ਰਹੇ ਹੋ? ਮਾਨਕਵਾਲ, ਲੁਧਿਆਣੇ ਦੇ ਨਾਲ ਹੀ ਆ। ਮਾਨਕਵਾਲ ਲੁਧਿਆਣੇ ਦੇ ਨਾਲ? ਹਾਂ, ਦੁਗਰੀ ਦੇ ਨਾਲ। ਠੀਕ ਹੈ। ਜਦੋਂ ਤੁਸੀਂ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਸੁਖਵਿੰਦਰ ਕੌਰ ਜੀ। ਸੁਖਵਿੰਦਰ ਕੌਰ। ਹਾਂਜੀ। ਪਿੰਡ ਕਿਹੜਾ ਜੀ ਤੁਹਾਡਾ? ਅਸਮਾਨਪੁਰ। ਅਸਮਾਨਪੁਰ। ਹਾਂਜੀ। ਕਿਹੜੇ ਜ਼ਿਲ੍ਹੇ 'ਚ ਪੈਂਦਾ ਜੀ? ਪਟਿਆਲੇ ਜ਼ਿਲ੍ਹੇ 'ਚ। ਪਟਿਆਲੇ ਦੇ ਵਿੱਚ? ਹਾਂਜੀ। ਤੁਹਾਨੂੰ ਪ੍ਰੋਬਲਮ ਕੀ ਸੀਗੀ? ਕੈਂਸਰ ਸੀ ਜੀ, ਬ੍ਰੈਸਟ ਵਿੱਚ। ਬ੍ਰੈਸਟ ਵਿੱਚ ਕੈਂਸਰ ਸੀਗਾ? ਹਾਂਜੀ। ਤੇ ਇੱਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇਸੀ ਦਵਾਖਾਨਾ ਪਿੰਡ ਕੰਧੋਲਾ ਨੇੜੇ ਸ੍ਰੀ ਚਮਕੌਰ ਸਾਹਿਬ ਜੋ ਗੁਰਦੁਆਰਾ ਸਾਹਿਬ ਤੋਂ ਦਵਾਈ ਮਿਲਦੀ ਆ, ਕਿੰਨਾ ਟਾਈਮ ਆਪ ਜੀ ਦਵਾਈ ਖਾ ਗਏ ਇੱਥੋਂ? ਮੈਂ 1 ਸਾਲ ਖਾਧੀ ਹੈ ਜੀ। ਸਾਲ ਵੀ ਮੈਂ ਵੈਸੇ ਖਾਣੀ ਤਾਂ 7 ਮਹੀਨੇ ਸੀ, ਮੈਂ ਆਪਣੀ ਖੁਸ਼ੀ ਨਾਲ ਹੀ ਖਾਈ ਗਈ। ਜਾਨੀ ਤੁਸੀਂ ਕਿਹਾ ਤੁਹਾਨੂੰ 6-7 ਮਹੀਨੇ ਦਾ ਕੋਰਸ ਸੀਗਾ, ਪਰ ਤੁਸੀਂ 1 ਸਾਲ ਦਵਾਈ ਖਾ ਗਏ ਆ? ਹਾਂਜੀ। ਹੁਣ ਤੁਹਾਡੀ ਬਾਡੀ ਦੇ ਵਿੱਚੋਂ ਕੈਂਸਰ ਸਾਫ ਆਇਆ? ਬਿਲਕੁਲ ਪਿਓਰ ਸਾਫ ਆਇਆ। ਬਿਲਕੁਲ ਪਿਓਰ ਸਾਫ ਆਇਆ। ਤੁਸੀਂ ਆਪਣੀ ਰਿਪੋਰਟ ਦਿਖਾ ਸਕਦੇ ਹੋ? ਹਾਂਜੀ, ਆਹ ਦਿਖਾ ਦਿਓ ਰਿਪੋਰਟਾਂ ਆਪਣੀਆਂ। ਤੇ ਹੁਣ ਤੁਹਾਡਾ ਆਇਆ ਜੀ ਇਹ 14.40। ਹਾਂਜੀ। ਚਾਹੀਦਾ ਆਪਾਂ ਨੂੰ ਜੇ 35 ਤੱਕ ਵੀ ਹੋਵੇ ਤਾਂ ਨੋਰਮਲ ਆ। ਹਾਂਜੀ। ਜਾਨੀ ਤੁਹਾਡਾ 14.40 ਤੱਕ ਆਇਆ? ਹਾਂਜੀ। ਤੇ ਬਿਲਕੁਲ ਹੀ ਸਾਫ ਆਇਆ ਤੁਹਾਡਾ ਇਹ? ਹਾਂਜੀ, ਡਾਕਟਰ ਸਾਹਿਬ ਨੇ ਕਿਹਾ ਤੁਸੀਂ ਵਧਾਈ ਦੇ ਪਾਤਰ ਹੋ। ਜਾਨੀ ਜਾਨੀ ਡਾਕਟਰ ਤੁਹਾਨੂੰ ਕਹਿੰਦੇ ਤੁਸੀਂ ਵਧਾਈ ਦੇ ਪਾਤਰ ਆ, ਤੁਹਾਡਾ ਕੈਂਸਰ ਬਿਲਕੁਲ ਠੀਕ ਹੋ ਗਿਆ, ਬਿਲਕੁਲ ਸਾਫ ਸਰੀਰ। ਤੇ ਇੱਥੇ ਜਿਹੜੀ ਸੰਗਤ ਮਗਰ ਤੁਹਾਡੇ ਤੋਂ ਪਿੱਛੇ ਦਵਾਈ ਲੈਣ ਵਾਸਤੇ ਬੈਠੇ, ਕੀ ਕਹਿਣਾ ਚਾਹੁੰਦੇ ਆਪਣੇ ਵੱਲੋਂ ਉਹਨਾਂ ਨੂੰ? ਮੈਂ ਤਾਂ ਕਹਿੰਦੀ ਵਿਸ਼ਵਾਸ ਸਭ ਤੋਂ ਵੱਡੀ ਚੀਜ਼। ਅੱਛਾ, ਵਿਸ਼ਵਾਸ, ਠੀਕ ਹੈ ਜੀ। ਵਿਸ਼ਵਾਸ ਤੁਹਾਡਾ ਇੱਥੇ ਇੱਕ ਜਿਵੇਂ ਤੁਸੀਂ ਤੁਹਾਡਾ ਕੈਂਸਰ ਬਿਲਕੁਲ ਠੀਕ ਹੋਇਆ ਹੈ, ਤੁਹਾਡਾ ਕਿੰਨਾ ਕੁ ਖਰਚਾ ਆਉਂਦਾ ਸੀਗਾ ਇੱਕ 15 ਦਿਨਾਂ ਦੀ ਦਵਾਈ ਦਾ?
ਮੇਰੇ 15 ਦਿਨਾਂ ਦੀ ਦਵਾਈ ਦਾ 1200 ਆ ਜਾਂਦਾ, ਕਦੀ 1300 ਬਸ, ਕਦੇ 1200 ਤੋਂ ਲੈ ਕੇ 1500 ਦੇ ਵਿੱਚ ਵਿੱਚ ਖਰਚਾ ਰਹਿੰਦਾ ਸੀ, ਉਹਦੇ ਵਿੱਚ ਵਿੱਚ ਖਰਚਾ ਸੀ। ਜਣੀਆਂ ਦਾ ਅੱਜ ਨਾਲ ਲਾ ਲਓ ਵੀ ਸਾਲ ਦੇ ਵਿੱਚ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਫਿਰ ਹੋਇਆ ਤੁਹਾਡਾ, 35,000 ਰੁਪਏ ਲੱਗਿਆ ਹੋਗਾ ਸਾਰਾ। ਇਹਦੇ ਵਿੱਚ ਤੁਹਾਡਾ ਜਿਹੜਾ ਬ੍ਰੈਸਟ ਦਾ ਕੈਂਸਰ ਸੀਗਾ ਉਹ ਟੋਟਲੀ ਸਾਫ਼ ਆਇਆ, ਬਿਲਕੁਲ ਬਿਲਕੁਲ ਖੁਸ਼ ਹੋ ਤੁਸੀਂ, ਆਪਣੇ ਆਪ ਚੱਲਦੇ ਫਿਰਦੇ ਹੋ, ਪੂਰੀ ਖੁਸ਼। ਚਲੋ ਮੁਬਾਰਕਾਂ ਜੀ ਤੁਹਾਨੂੰ, ਬਹੁਤ ਬਹੁਤ ਜੀ। ਮੈਂ ਤੇ ਵੀਰ ਜੀ ਪੇਸ਼ੈਂਟ ਦੇ ਨਾਲ ਆਈਆਂ ਨੇ ਤੇ ਮੈਂ ਵੀ ਇੱਥੇ ਵੀ ਡਬਲ ਡਬਲ ਲੈ ਕੇ ਆਉਣੇ ਸੀ। ਅੱਛਾ, ਅੱਜ ਕਿਸੇ ਪੇਸ਼ੈਂਟ ਨੂੰ ਨਾਲ ਲੈ ਕੇ ਆਏ ਜੀ? ਹਾਂਜੀ, ਮਜਬੂਰੀ ਦੇ ਤੌਰ ਤੇ ਕਾਲ ਆ ਗਏ ਜੀ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਜੀ। ਹਾਂਜੀ, ਅਸੀਂ ਦੀਵਾਲੀ ਦੀ ਮੱਸਿਆ ਨੂੰ ਆਵਾਂਗੇ ਜੀ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ, ਧੰਨਵਾਦ। ਸਰ ਨਮਸਕਾਰ। ਨਮਸਕਾਰ, ਕੈਸੇ ਹੋ ਆਪ ਲੋਕ? ਠੀਕ ਹੈ। ਕਹਾਂ ਸੇ ਆਤੇ ਹੋ? ਯੂਪੀ ਸੇ ਆ ਰਹੇ ਹੈ। ਯੂਪੀ ਸੇ? ਯੂਪੀ ਕੌਨ ਸੀ ਥਾਂ ਸੇ? ਯੂਪੀ ਆਜਮਗੜ੍ਹ। ਆਜਮਗੜ੍ਹ, ਆਜਮਗੜ੍ਹ। ਕਿਆ ਪ੍ਰੋਬਲਮ ਥੀ ਆਪਕੀ ਬੋਡੀ ਕੋ? ਕੈਂਸਰ ਹੈ। ਕੈਂਸਰ ਹੈ, ਕਹਾਂ ਪੇ? ਫੇਫੜੇ ਕੇ ਉੱਪਰ ਹੈ। ਖਾਣੇ ਵਾਲੀ ਪਾਈਪ ਮੇ, ਪੇਟ ਮੇ? ਓਕੇ। ਜਹਾਂ ਪੇ ਜੋ ਕੰਦੋਲਾ ਸਾਹਿਬ ਗੁਰਦੁਆਰਾ ਸਾਹਿਬ ਮੇ ਸ਼੍ਰੀ ਚਮਕੌਰ ਸਾਹਿਬ ਕੇ ਨਜ਼ਦੀਕ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇਸੀ ਦਵਾਖਾਨਾ, ਜਹਾਂ ਪਰ ਆਪ ਲੋਕ ਬੈਠੇ ਹੈ, ਆਪ ਲੋਕ ਜਹਾਂ ਪਰ ਕਿਤਨਾ ਟਾਈਮ ਦਵਾਈ ਖਾਈ ਹੈ ਆਪਣੇ ਕੈਂਸਰ ਕੀ? ਮੈਂ ਡੇਢ ਮਹੀਨਾ ਹੋ ਗਿਆ। ਡੇਢ ਮਹੀਨਾ ਦਵਾਈ ਖਾ ਚੁੱਕੇ ਹੋ? ਤੇ ਇਤਨੀ ਦਵਾਈ ਖਾਣੇ? ਦੋ ਮਹੀਨੇ ਕੇ ਲੈ ਜਾ ਰਹਾ ਹੂੰ। ਦੋ ਮਹੀਨੇ ਕੇ ਆਜ ਲੈ ਕਰ ਜਾ ਰਹੇ ਹੋ? ਤੇ ਜੋ ਆਪ ਲੋਕ ਦਵਾਈ ਖਾ ਰਹੇ ਹੈ ਇਸ ਮੇ ਸੇ ਆਪ ਕੋ ਕਿਤਨਾ ਕੁ ਫਰਕ ਪੜਾ ਆਪ ਕੀ ਬਿਮਾਰੀ ਕੋ? ਬਹੁਤ ਫਾਇਦਾ ਹੈ। ਬਹੁਤ ਫਾਇਦਾ ਹੋ ਗਿਆ? ਫਾਇਦਾ ਖਾ ਰਹੇ ਹੋ? ਪਹਿਲੇ ਖਾਣਾ? ਪਹਿਲੇ ਖਾਣਾ ਨਹੀਂ ਖਾਣਾ ਨਹੀਂ ਤੇ ਖਾਤੇ? ਪਹਿਲੇ ਮੂੰਹ ਸੁੱਕਾ ਤਾ, ਬੁਖਾਰ, ਮੂੰਹ ਸੁੱਕਾ ਤਾ ਔਰ ਬੁਖਾਰ ਹੋਤਾ ਤਾ ਆਪ ਕੋ, ਖਾਣੇ ਕੀ ਉਲਟੀ ਆ ਕੇ ਬਾਹਰ ਨਿਕਲਤਾ ਤਾ? ਹਾਂ। ਓਕੇ, ਆਪ ਖਾਣਾ ਖਾਣਾ ਸ਼ੁਰੂ ਕਰ ਗਏ? ਆਪ ਖਾਣਾ ਕੋ ਖਾ? ਕਿਤਨਾ ਖਾਣਾ ਖਾ ਲੇਤੇ ਹੋ ਇੱਕ ਟਾਈਮ ਮੇ? 5-6 ਰੋਟੀ ਖਾ ਜਾਤਾ। ਹਾਂ, 5-6 ਰੋਟੀ ਖਾ ਲੇਤੇ ਹੋ? ਪਹਿਲੇ ਖਾਤੇ ਤੇ ਇਤਨੀ? ਨਹੀਂ। ਅੱਛਾ, ਓਕੇ। ਤੇ ਆਪ ਆਪਣੇ ਆਪ ਕੋ ਠੀਕ ਮਹਿਸੂਸ ਕਰਦੇ ਹੋ? ਚਲਤੇ ਹੋ, ਫਿਰਤੇ ਹੋ? ਹਾਂ, ਚਲਤੇ। ਚਲ ਐਸੇ ਬਤਾਓ, ਆਪਕਾ ਜੋ ਜਹਾਂ ਪਰ ਜੈਸੇ ਆਪ ਖਾਣੇ ਵਾਲੀ ਦਵਾਈ ਲੇਤੇ ਹੋ, ਤੇ ਉਸ ਦਵਾਈ ਕਾ ਖਰਚਾ ਕਿੰਨਾ ਕੁ ਆ ਜਾਤਾ ਆਪਕਾ? ਇੱਕ ਮਹੀਨੇ ਕੀ ਦਵਾਈ ਕਾ ਇੱਕ ਕਿਤਨਾ ਕੁ ਖਰਚਾ ਆ ਜਾਤਾ ਆਪਕਾ? ਤਕਰੀਬਨ 2000। ਇੱਕ ਮਹੀਨੇ ਕੀ ਦਵਾਈ ਕਾ 2000 ਰੁਪਏ ਲੱਗ ਜਾਤਾ ਹੈ? ਓਕੇ, ਵੀ ਦੋਨੋਂ ਕਾਊਂਟਰੋਂ ਕੀ ਦਵਾਈ ਕਾ? ਪੀਣੇ ਵਾਲੀ ਕਾ ਵੀ, ਖਾਣੇ ਵਾਲੀ ਕਾ ਵੀ? ਓਕੇ, ਇਤਨਾ ਜਿਤਨੇ ਆਪ ਲੋਕ ਠੀਕ ਹੋ ਗਏ, ਇਤਨਾ ਕੁ ਆਪ ਲੋਕ ਹੋਸਪਿਟਲ ਮੇ ਇਲਾਜ ਕਰਾਤੇ ਕਿਤਨਾ ਪੈਸਾ ਲੱਗ ਜਾਤਾ ਆਪਕਾ? ਬਹੁਤ ਪੈਸਾ ਲੱਗ ਜਾਤਾ ਹੈ ਕਿ ਉਹ ਵਹਾਂ ਪਰ ਤੋ ਲੱਖੋਂ ਮੇ ਲੱਗ ਜਾਤਾ ਨਾ? ਸਾਰੇ ਉੱਪਰ ਜਾਏਗਾ। ਹੈਂ? ਉਹ ਉੱਪਰ ਜਾਏਗਾ। ਆਪ ਲੋਕ ਬਿਲਕੁਲ ਠੀਕ ਮਹਿਸੂਸ ਕਰ ਰਹੇ ਹੈ ਆਪ ਕੋ? ਓਕੇ, ਠੀਕ ਹੈ ਸਰ, ਥੈਂਕ ਯੂ। ਐਸਾ ਲੱਗਤਾ ਕਿ ਕੈਂਸਰ ਹੀ ਨਹੀਂ ਹੈ। ਅੱਛਾ, ਆਪ ਕੋ ਐਸਾ ਲੱਗਤਾ ਹੈ ਕਿ ਇਨ ਕੋ ਕੈਂਸਰ ਹੈ ਹੀ ਨਹੀਂ ਹੈ? ਇਹ ਮੇਰੇ ਪਾਪਾ ਹੈ। ਅੱਛਾ, ਔਰ ਹਮ ਲੋਕ ਅਬ ਦੇਖ ਰਹੇ ਹੈ ਤੋ ਇਨਕੋ ਜੈਸੇ ਪਹਿਲੇ ਲੱਗ ਰਹਾ ਥਾ ਕਿ ਹਾਂ ਕੈਂਸਰ ਹੈ। 32 ਮੇ ਇਲਾਜ ਕਰਵਾ ਰਹੇ ਥੇ, ਵਹਾਂ ਸੇ ਬੋਲੇ ਕਿ ਲੈ ਜਾਓ ਸੇਵਾ ਕਰੋ, ਕਿਊਰੋਥੈਰੇਪੀ ਕਰਾਈ। ਆਪਕੇ ਪਾਸ ਆਏ, ਆਪ ਬੋਲੇ ਕਿ ਕੁਛ ਨਹੀਂ ਕਰਾਨਾ ਹੈ, ਦਵਾ ਕਰਾਈਏ। ਇੱਥੇ ਜਹਾਂ ਪੇ ਬਾਬਾ ਜੀ ਦਵਾਈ ਦਿੱਤੇ ਹੈ ਉਨਕੇ ਪਾਸ ਹੈ, ਉਹ ਬੋਲੇ ਕੁਛ ਨਹੀਂ ਕਰਵਾਉਣਾ? ਹਾਂ, ਕੁਛ ਵੀ ਨਹੀਂ ਕਰਵਾਉਣਾ। ਔਰ ਫਿਰ ਇੱਕ ਮਹੀਨੇ ਕੀ ਦਵਾ ਲੈ ਕੇ ਮੈਂ ਘਰ ਭੇਜ ਦਿਆ ਥਾ ਔਰ ਇੱਕਦਮ ਪ੍ਰੋਪਰ ਬਹੁਤ ਬੜੀਆਂ, ਪਹਿਲੇ ਤੋਂ ਬਹੁਤ ਬੜੀਆਂ ਠੀਕ ਹੋ ਗਏ। ਇਹ ਕਹਾਂ ਰਹਿਤੇ ਹੈ? ਆਜਮਗੜ੍ਹ। ਆਜਮਗੜ੍ਹ ਮੇ ਰਹਿਤੇ ਹੈ, ਯੂਪੀ ਆਜਮਗੜ੍ਹ ਮੇ ਜੀ, ਗ੍ਰਾਮ ਕੁਸ਼ਵਾ ਹੈ, ਪੋਸਟ ਚਿਤਾਰਾ, ਮਹਮੂਦਪੁਰ, ਜ਼ਿਲ੍ਹਾ ਆਜਮਗੜ੍ਹ। ਓਕੇ, ਥਾਣਾ ਦੀਦਾਰਗੰਜ ਪੜਤਾ ਹੈ। ਓਕੇ ਓਕੇ ਓਕੇ। ਉਸੇ ਜਣੀ ਅਬ ਤੋ ਐਸੇ ਲਗਤਾ ਵੀ ਇਨਕੋ ਕੈਂਸਰ ਹੈ ਹੀ ਨਹੀਂ? ਬਿਮਾਰੀ ਕੋਈ ਨਹੀਂ, ਬਿਮਾਰੀ ਨਹੀਂ ਹੈ। ਓ ਗੁੱਡ।
चलो खुश है सारा परिवार, खुश है आपका, सभी परिवार खुश। क्या कहना चाहते हो आप इसके? बस आपकी कृपा और बाबा की कृपा। एक बात और बताओ, क्योंकि जो आपकी जो बात है ये पब्लिक भी सुनेगी, क्या जहाँ पर आपको कोई भी आदमी किसी भी तरह की कोई दवाई लेने के लिए मजबूर करता है आपको? नहीं बाबा जी, नहीं कोई मजबूर नहीं करता। बाकी सभी लोग बताते हैं कि हम यहाँ से ठीक हो रहे हैं। ओके। और अंग्रेजी दवा से सस्ती पड़ती है दवा यहाँ पर। हाँ ठीक है, तो क्या जे अदारा चलता रहना चाहिए? हाँ चलता रहना चाहिए बाबा जी। ओके ठीक है सर, थैंक यू, मेहरबानी। माता जी सत श्री अकाल। ਕੀ ਨਾਮ ਹੈ ਜੀ ਤੁਹਾਡਾ? ਗਿਆਨ ਕੌਰ ਜੀ। ਗਿਆਨ ਕੌਰ, ਕਿਹੜਾ ਪਿੰਡ ਹੈ ਜੀ ਤੁਹਾਡਾ? ਸੰਘੇੜਾ ਜੀ, ਬਰਨਾਲੇ ਕੋਲੇ। ਪਿੰਡ ਸੰਘੇੜਾ ਬਰਨਾਲੇ ਦੇ ਕੋਲ? ਬਰਨਾਲੇ। ਤੁਹਾਨੂੰ ਪ੍ਰੋਬਲਮ ਕੀ ਸੀਗੀ ਜੀ? ਤੁਹਾਨੂੰ ਮੈਨੂੰ ਜੀ ਖਾਣੇ ਵਾਲੀ ਨਾਲੀ ਦੇ ਵਿੱਚ ਮੇਰੇ ਕੈਂਸਰ ਸੀਗਾ। ਖਾਣ ਵਾਲੀ ਨਾਲੀ ਵਿੱਚ ਕੈਂਸਰ ਸੀ ਤੁਹਾਨੂੰ? ਹਾਂਜੀ, ਖਾਣਾ ਨਹੀਂ ਸੀ ਖਾਧਾ ਜਾਂਦਾ, ਵਾਪਸ ਹੋ ਜਾਂਦਾ। ਅਸੀਂ ਜਾਣੀ ਕੋਈ ਵੀ ਖਾਣਾ ਖਾਂਦੇ ਸੀ ਤੁਹਾਨੂੰ ਵਾਪਸ ਹੋ ਜਾਂਦਾ ਸੀਗਾ? ਤਕਰੀਬਨ ਕਿੰਨਾ ਕੁ ਟਾਈਮ ਨਹੀਂ ਤੁਸੀਂ ਖਾਧੀ ਰੋਟੀ? ਰੋਟੀ ਜੀ ਪਹਿਲਾਂ ਆਪਰੇਸ਼ਨ ਤੋਂ ਪਹਿਲਾਂ ਵੀ ਨਹੀਂ ਮੈਂ ਖਾਧੀ, ਜਮੀ ਖਾਧੀ। ਕਿੰਨਾ ਕੁ ਸਾਲ? ਕਿੰਨਾ ਕਿੰਨਾ? 6 ਮਹੀਨੇ। ਅੱਛਾ 6 ਮਹੀਨੇ। ਹਾਂ ਅੱਛਾ। ਉਹ ਤੋਂ ਬਾਅਦ ਵੀ 5-6 ਮਹੀਨੇ ਫੇਰ ਵੀ ਨਹੀਂ, ਉਹ ਤੋਂ ਬਾਅਦ ਹੁਣ ਮੈਂ ਦਵਾਈ ਲੈਂਦੀ ਹਾਂ ਜਿਹੜੀ। ਇੱਥੇ ਤੁਹਾਨੂੰ ਇੱਥੇ ਤੁਸੀਂ ਫਿਰ ਕੰਦੋਲਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੇ ਲਾਗ ਦਵਾਈ ਮਿਲਦੀ ਆ, ਉੱਥੋਂ ਤੁਸੀਂ ਕਿੰਨਾ ਟਾਈਮ ਦਵਾਈ ਖਾ ਲਈ? ਉੱਥੋਂ ਜੀ ਅਸੀਂ 1 ਮਹੀਨਾ ਹਜੇ ਖਾ, 1 ਮਹੀਨਾ ਖਾਧੀ ਆ। ਹੁਣ ਤੁਸੀਂ ਖਾਣਾ ਖਾਣ ਲੱਗ ਗਏ? ਹਾਂਜੀ, ਖਾਣਾ ਖਾਣ ਲੱਗ ਗਏ, ਮੈਨੂੰ ਬਹੁਤ ਫਰਕ ਪੈ ਗਿਆ। ਮਹਾਰਾਜ ਦੀ ਕਿਰਪਾ ਹੋ ਗਈ ਫਿਰ ਤਾਂ, ਬਹੁਤ ਮਹਾਰਾਜ ਦੀ ਕਿਰਪਾ ਹੋ ਗਈ। ਯਾਨੀ 1 ਮਹੀਨੇ 'ਚ ਖਾਣਾ, ਤੁਹਾਡੀ ਗੱਲ 'ਚ ਗੰਢ ਸੀ ਪਹਿਲਾਂ ਕੋਈ? ਹਾਂਜੀ। ਅੱਛਾ, ਗੰਢਾਂ ਬਣੀਆਂ ਸੀ ਪਹਿਲਾਂ, ਹਨਾ? ਇਹ ਤਾਂ ਹੁਣ ਖਤਮ ਹੋ ਗਈਆਂ ਜੀ? ਹਾਂ, ਅੱਗੇ ਨੂੰ ਅੱਗੇ ਤਾਂ ਐਡਾ ਸੀ। ਅੱਛਾ ਐਡਾ ਸੀਗਾ ਪਹਿਲਾਂ ਇਹ, ਕਿੰਨਾ ਕੁ ਸੀ ਦਿਖਾਇਓ, ਹੱਥ ਕਰਿਓ ਮਾੜਾ ਜਿਹਾ। ਐਡਾ ਸੀ। ਅੱਛਾ, ਇੰਨਾ ਸੀ ਗੱਲ 'ਚ ਹੈ, ਹੁਣ ਤਾਂ ਬਿਲਕੁਲ ਸਾਫ਼ ਹੋ ਗਿਆ ਗੱਲ ਤੁਹਾਡਾ। ਚਲੋ ਮਹਾਰਾਜ, ਅਤੇ ਇੱਥੇ ਤੁਹਾਡਾ ਜਿਹੜਾ ਖਾਣ ਦੀ ਦਵਾਈ ਦਾ ਖਰਚਾ ਕਿੰਨਾ ਕੁ ਆਉਂਦਾ 1 ਮਹੀਨੇ ਦਾ? ਹਾਂਜੀ ਹਾਂਜੀ, ਲੱਗ ਜਾਂਦਾ 1 ਲੱਖ ਰੁਪਇਆ ਮਹੀਨੇ ਦਾ? ਕੋਈ 1500, ਕੋਈ 2000, ਕੋਈ 1000 ਮਹੀਨੇ ਦੀ ਦਵਾਈ ਦਾ? ਅੱਛਾ, ਯਾਨੀ 1500 ਤੋਂ ਲੈ ਕੇ 2000 ਰੁਪਇਆ ਸਾਰਾ ਤੁਹਾਡਾ ਵਿੱਚ ਦੋਨੋਂ ਕਾਊਂਟਰਾਂ ਦਵਾਈਆਂ ਦਾ ਲੱਗ ਜਾਂਦਾ? ਯਾਨੀ ਕੋਈ ਤੁਸੀਂ ਮਹਿੰਗਾ ਨਹੀਂ ਮੰਨਦੇ ਇਹਨੂੰ ਚੀਜ਼ ਨੂੰ? ਰੋਗ ਤੁਹਾਡਾ ਬਿਲਕੁਲ ਠੀਕ? ਸਾਡਾ ਰੋਗ ਟੁੱਟ ਗਿਆ, ਸਾਨੂੰ ਇਹ ਕੀ ਮਹਿੰਗਾ? ਅੱਛਾ ਜੀ, ਯਾਨੀ ਤੁਸੀਂ ਖਾਣਾ ਪੀਣਾ ਖਾਣ ਲੱਗ ਗਏ ਹੁਣ? ਹਾਂਜੀ, ਖਾਣਾ। ਪਿੰਡ ਕਿਹੜਾ ਤੁਸੀਂ ਦੱਸਿਆ? ਸੰਘੇੜਾ ਬਰਨਾਲੇ ਦੇ ਕੋਲ? ਬਰਨਾਲੇ ਕੋਲ। ਨਾਮ ਕੀ ਦੱਸਿਆ ਜੀ ਤੁਸੀਂ ਆਪਣਾ? ਗਿਆਨ ਕੌਰ। ਗਿਆਨ ਕੌਰ ਜੀ, ਬਿਲਕੁਲ ਠੀਕ ਮਹਿਸੂਸ ਤੁਰਦੇ ਕਰਦੇ ਹੁਣ ਤੁਸੀਂ? ਹਾਂਜੀ, ਤੁਰੇ ਫਿਰ। ਚਲੋ ਮਹਾਰਾਜ ਕਿਰਪਾ ਕਰੇ, ਧੰਨਵਾਦ ਜੀ ਮਾਤਾ ਜੀ, ਮਿਲਦੇ ਰਹੋ। ਮਾਤਾ ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਗੁਰਮੀਤ ਕੌਰ। ਗੁਰਮੀਤ ਕੌਰ, ਹਾਂਜੀ, ਕਿੱਥੋਂ ਆਉਂਦੇ ਆ? ਅਸੀਂ ਲੁਧਿਆਣੇ ਆਉਂਦੇ ਹਾਂ। ਖਾਸ ਲੁਧਿਆਣੇ ਤੋਂ? ਹਾਂਜੀ। ਤੁਹਾਨੂੰ ਪ੍ਰੋਬਲਮ ਕੀ ਸੀਗੀ? ਮੈਨੂੰ ਕੈਂਸਰ ਸੀ। ਕੈਂਸਰ ਸੀਗਾ? ਹਾਂਜੀ ਹਾਂਜੀ। ਸਾਰੀ ਬੋਡੀ 'ਚ ਕੈਂਸਰ ਸੀਗਾ? ਹਾਂਜੀ। ਅੱਛਾ ਜੀ, ਇੱਥੇ ਕੰਦੋਲਾ ਸਾਹਿਬ ਜਿਹੜੀ ਗੁਰਦੁਆਰਾ ਸਾਹਿਬ ਤੋਂ ਦਵਾਈ ਮਿਲਦੀ ਹੈ, ਕਿੰਨਾ ਟਾਈਮ ਦਵਾਈ ਖਾ ਗਏ ਆਪਾਂ? ਇਹਨੂੰ 3 ਸਾਲ ਹੋ ਗਏ। 3-4 ਮਹੀਨੇ 'ਚ ਜਾਣੀ ਠੀਕ? ਤੁਸੀਂ ਕਿੰਨੇ ਟਾਈਮ 'ਚ ਹੋ ਗਏ ਸੀਗੇ? 3-4 ਮਹੀਨੇ 'ਚ। 3-4 ਮਹੀਨੇ 'ਚ ਠੀਕ ਹੋ ਗਏ, ਅਤੇ ਪਰ ਅਸੀਂ ਆਪਣੀ ਦਵਾਈ ਨਹੀਂ ਛੱਡ ਰਹੇ ਵੀ ਚਲੋ ਖਾਈ ਜਾਣੀ ਆ। ਹਾਂਜੀ ਹਾਂਜੀ। ਅਤੇ ਹੁਣ ਤੁਸੀਂ ਬਿਲਕੁਲ ਠੀਕ ਆ? ਹਾਂਜੀ। ਤੁਹਾਡੇ ਕੋਲ ਰਿਪੋਰਟ ਕਰਾਈਏ ਕੋਈ? ਹਾਂਜੀ ਹਾਂਜੀ, ਰਿਪੋਰਟ ਦਿਖਾ ਦੂੰਗਾ ਆਪਣੀ ਕੋਲ, ਜਿਹੜੀ ਹੁਣ ਨਵੀਂ ਰਿਪੋਰਟ ਆਈ ਹੈ ਤੁਹਾਡੀ ਦਿਖਾਓ ਜੀ। ਨੋਰਮਲੀ ਆ ਇਹ, ਜਾਣੀ ਬਿਲਕੁਲ ਹੀ ਤੁਸੀਂ ਠੀਕ ਹੋ ਗਏ। ਪਹਿਲਾਂ ਖਾਣਾ ਪੀਣਾ ਖਾਂਦੇ ਸੀ ਮਾੜਾ ਮੋਟਾ?
ਕੁਛ ਨਹੀਂ ਸੀ ਖਾਧਾ ਜਾਂਦਾ, ਚੱਲਦੇ ਫਿਰਦੇ ਸੀ ਪਹਿਲਾਂ ਕਿ ਨਹੀਂ? ਅੱਛਾ, ਜਦੋਂ ਫਸਟ ਜਦੋਂ ਪਹਿਲੀ ਵਾਰ ਸਟ੍ਰੈਚਰ ਤੇ ਆਏ ਸੀਗੇ, ਉੱਠ ਕੇ ਕਾਰ ਵਿੱਚ ਦੇਖਿਆ ਸੀ ਇਹਨਾਂ ਨੂੰ, ਤੇ ਹੁਣ ਇਹ ਚੱਲਦੇ ਫਿਰਦੇ ਆ? ਤੇ ਬੀਬੀ ਆਪੇ 3 ਮਹੀਨੇ ਬਾਅਦ, ਤੂੰ ਫਿਕਰ ਨਾ ਕਰ, ਮਹੀਨੇ ਬਾਅਦ ਹੀ ਤੂੰ ਰੱਖਿਆ ਪਿਆ ਹੈ। ਅੱਛਾ ਜੀ, ਤੁਹਾਡੀ ਕਿਰਪਾ ਜੀ ਬੜੀ ਆ। ਚਲੋ, ਜਾਣੀ ਇੱਥੇ ਵਿਸ਼ਵਾਸ ਨਾਲ ਦਵਾਈ, ਤੁਸੀਂ ਕਹੇ ਵਿਸ਼ਵਾਸ ਨਾਲ ਦਵਾਈ ਖਾਓ। ਅੱਛਾ ਜੀ, ਬਿਲਕੁਲ ਠੀਕ ਹੋ ਜਾਏਗੀ। ਤੁਹਾਡਾ ਇੱਥੇ ਹੁਣ 3 ਸਾਲਾਂ 'ਚ ਕਿੰਨੇ ਕੁ ਲੱਖ ਰੁਪਇਆ ਲੱਗ ਗਿਆ? ਨਹੀਂ, ਅੰਦਾਜ਼ੇ ਦੇ ਨਾਲ ਕੋਈ ਅੰਦਾਜ਼ਾ ਤਾਂ ਹੋਊਗਾ ਨਾ ਕਿਸੇ, ਕਿਉਂਕਿ ਕੈਂਸਰ ਦੇ ਬਿਮਾਰੀ ਪ੍ਰਤੀ ਲੋਕਾਂ ਨੂੰ ਬਹੁਤ ਲੋਕਾਂ ਨੇ ਡਰਾਇਆ ਹੋਇਆ ਨਾ, ਲੋਕਾਂ ਦਾ ਲੱਖਾਂ ਰੁਪਇਆ ਕਰੋੜਾਂ ਰੁਪਇਆ ਲੱਗ ਰਿਹਾ। ਤੁਹਾਡਾ 3 ਸਾਲਾਂ 'ਚ ਅੱਛਾ ਨਹੀਂ, ਤੁਹਾਡਾ ਇੱਥੇ ਫਿਰ ਵੀ ਪੂਰੇ 3 ਸਾਲਾਂ ਤੁਸੀਂ ਕਹਿੰਦੇ ਦਵਾਈ ਖਾਂਦੇ, ਚਲੋ ਇੱਕ 15 ਦੀ ਦਵਾਈ ਤੁਸੀਂ 1.5 ਮਹੀਨਾ ਚਲਾ ਦਿੰਦੇ, ਮਹੀਨਾ ਚਲਾ ਦਿੰਦੇ ਆ, ਹਾਂਜੀ, ਹੁਣ ਤੱਕ ਤੁਹਾਡਾ 3 ਸਾਲਾਂ 'ਚ ਕਿੰਨੇ ਕੁ ਲੱਖ ਰੁਪਏ ਇੱਥੇ ਲੱਗ ਗਏ ਤੁਹਾਡੇ? ਅੰਦਾਜ਼ਾ ਤਾਂ ਕੋਈ ਹੋਊਗਾ ਤੁਹਾਡਾ ਫਿਰ ਵੀ? ਹਾਂਜੀ, ਅੱਛਾ ਜੀ, ਤੇ 5-7 ਹਜ਼ਾਰ ਰੁਪਏ ਦੀ ਦਵਾਈ ਹੈ। ਚਲੋ ਧੰਨਵਾਦ ਜੀ, ਬਿਲਕੁਲ ਠੀਕ ਹੋ, ਉਹਨਾਂ ਦਾ ਸਭ ਕੁਝ ਵਿਕਾ ਦੇਣਾ ਸਾਡਾ, ਸਾਡੇ ਗੁਆਂਢ ਬੰਦੇ ਦੇ ਹੋਈ ਗੱਲ, ਉਹ ਕਹਿੰਦਾ ਜੀ ਤੁਸੀਂ ਸ਼ੁਕਰ ਕਰੋ ਬਾਬੇ ਦੀ ਕਿਰਪਾ, ਤੁਹਾਡੇ ਤੇ ਹੋਈ ਨਹੀਂ, ਤੁਹਾਡਾ ਸਾਰਾ ਕੁਝ ਵਿਕ ਜਾਣਾ। ਅੱਛਾ ਜੀ, ਜਿਨ੍ਹਾਂ ਨੂੰ ਬਾਬਾ ਜੀ ਦੇਖਿਆ ਨਾ, ਉਹ ਮੈਨੂੰ ਪੁੱਛਦੇ ਦਵਾਈ ਕਿੱਥੋਂ ਲਿਆ? ਸਾਨੂੰ ਹੁਣ ਇੱਕ ਬੰਦੇ ਨੇ ਫੋਨ ਕੀਤਾ, ਉਹ ਕਹਿੰਦੇ ਇੱਥੋਂ ਗਏ ਤੁਹਾਡੇ ਕੋਲ ਲੈ ਕੇ, ਕਹਿੰਦੇ ਸਾਨੂੰ ਉਸ ਦਾ ਹੀ ਫਰਕ ਆ, ਉਹਦੇ ਗਲੇ ਵਿੱਚ ਸੀਗਾ। ਚਲੋ ਮਾਰੇ, ਕਿਰਪਾ ਕਰੇ, ਮੌਜਾਂ ਕਰੋ ਜੀ, ਖੁਸ਼ ਰਹੋ, ਧੰਨਵਾਦ ਜੀ, ਬਹੁਤ ਬਹੁਤ ਜੀ। ਜੀ ਕੀ ਨਾਮ ਹੈ ਜੀ ਤੁਹਾਡਾ? ਨਰਿੰਦਰ ਕੌਰ। ਕਿੱਥੋਂ ਆਏ ਤੁਸੀਂ? ਤਰਨ ਤਾਰਨ ਸਾਹਿਬ ਤੋਂ। ਅਤੇ ਫੋਨ ਨੰਬਰ ਦੱਸ ਸਕਦੇ ਹੋ ਆਪਣਾ? 7583-7563। ਅਤੇ ਖਾਸ ਤਰਨ ਤਾਰਨ ਸਾਹਿਬ ਰਹਿੰਦੇ ਆ? ਤੁਹਾਨੂੰ ਕੀ ਪ੍ਰੋਬਲਮ ਸੀਗੀ? ਤੁਹਾਨੂੰ ਕਿਡਨੀਆਂ ਡੈਮੇਜ ਹੋ ਗਈਆਂ ਸੀ ਤੁਹਾਡੀਆਂ? ਕਿੰਨਾ ਸੀ ਕਿਡਨੀਆਂ ਤੁਹਾਡਾ? ਕਿੰਨਾ ਸੀਗਾ? 9 ਪੁਆਇੰਟ। ਓਕੇ, ਅਤੇ ਹੁਣ ਇੱਥੇ ਤੋਂ ਆਪ ਜੀ ਕਿੰਨਾ ਕੰਦੋਲਾ ਸਾਹਿਬ ਗੁਰਦੁਆਰਾ ਸਾਹਿਬ ਜਿਹੜੀ ਦਵਾਈ ਮਿਲਦੀ ਆ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ, ਉੱਥੇ ਤੋਂ ਆਪ ਜੀ ਕਿੰਨਾ ਟਾਈਮ ਦਵਾਈ ਖਾ ਲਈ ਹੁਣ ਤੱਕ? 1 ਸਾਲ ਦਵਾਈ ਖਾਧੀ ਆ। ਹੁਣ ਤੁਹਾਡਾ ਕਿਡਨੀ ਜਿਹੜਾ ਲੈਵਲ ਆ ਉਹ ਬਿਲਕੁਲ ਬਰਾਬਰ ਆ ਗਿਆ? ਤੁਸੀਂ ਦੇ ਸਕਦੇ ਰਿਪੋਰਟ ਆਪਣੀ ਵੀ ਅੱਜ ਤੁਹਾਡਾ ਕਿਡਨੀ ਕਿੰਨਾ ਕਿੰਨਾ ਹੈ? ਤੁਹਾਡਾ ਦਿਖਾਓਗੇ ਰਿਪੋਰਟ? ਇਹ ਤੁਹਾਡਾ ਲਓ ਜੀ, 9 ਪੁਆਇੰਟ ਤੋਂ ਕ੍ਰੀਟੀਨਿਨ ਆ ਗਿਆ 0.1 ਪੁਆਇੰਟ, ਅਤੇ ਯੂਰੀਆ ਆ ਗਿਆ ਇਹਨਾਂ ਦਾ 3.9, ਭਾਵ ਬਿਲਕੁਲ ਕਿਰਨੀ ਲੈਵਲ ਬਰਾਬਰ ਆ ਗਿਆ। ਇਹ ਤੋਂ ਜਿਹੜੀ ਮਗਲੀ ਰਿਪੋਰਟ ਸੀਗੀ ਉਹਦੇ 'ਚ ਹੈਗਾ ਸੀਗਾ 1.4 ਕ੍ਰੀਟੀਨਿਨ ਇਹਨਾਂ ਦਾ, ਪੁਆਇੰਟ ਜਿਹੜਾ ਯੂਰੀਆ ਸੀਗਾ ਉਹ 65, ਅਤੇ ਖੂਨ ਵੀ ਵਧਿਆ ਹੁਣ ਤਾਂ ਇਹਨਾਂ ਦਾ। ਅਤੇ ਆਪ ਜੀ ਜਿਹੜੀ ਇੱਥੇ ਦਵਾਈ ਖਾਂਦੇ ਆ ਉਹ ਦਵਾਈ ਦਾ ਖਰਚਾ ਕਿੰਨਾ ਕੁ ਪੈਂਦਾ ਤੁਹਾਨੂੰ? 2000 ਰੁਪਇਆ 1 ਮਹੀਨੇ ਦਵਾਈ ਦਾ। ਅੱਛਾ ਜੀ, ਉਹਦੇ ਵਿੱਚ ਤੁਹਾਡੀ ਪੀਣ ਵਾਲੀ ਦਵਾਈ, ਵਿੱਚ ਖਾਣ ਵਾਲੀ ਦਵਾਈ ਸਾਰੀਆਂ? ਤੁਹਾਨੂੰ ਪੀਣ ਵਾਲੀ ਦਵਾਈ ਲੈਣ ਵਾਸਤੇ ਇੱਥੇ ਮਜਬੂਰ ਕਰਦਾ ਕੋਈ ਵੀ? ਜੇ ਸਾਤੋਂ ਲੈ ਕੇ ਜਾਓ, ਸਿਰਫ ਖਾਣ ਵਾਲੀ ਦਵਾਈ ਦੀ ਜਿਹੜੀ ਉਹ ਭੇਟਾ ਉਹ ਤੋਂ ਇੱਥੇ ਲਈ ਜਾਂਦੀ ਆ। ਅਤੇ ਹੁਣ ਤੁਸੀਂ ਆਪਣਾ ਬਿਲਕੁਲ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਦੇ ਹੋ? ਠੀਕ ਆ, ਕੋਈ ਡਾਇਲਸਿਸ ਵਗੈਰਾ ਤਾਂ ਤੁਹਾਡੀ ਕੋਈ ਨਹੀਂ ਕਰਦਾ ਕਿਸੇ ਤਰ੍ਹਾਂ ਦੀ? ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਓਕੇ।